ਜਾਣਨ ਹੋ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਗੋਆ ਮਿੱਟੀ ਧੁੰਦ ਜਗ ਜਾਣਨ ਗੋਆ ਮਿੱਟੀ ਧੁੰਦ ਜਗ ਜਾਣਨ ਗੋਆ ਧੁੰਦ ਜਗ ਜਾਣਨ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਲੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਮਿਰਗਾਵਲੀ ਪੰਨੀ ਜਾਏ ਨਾ ਤੀਰਤ ਰੋਆ ਮਿੱਟੀ ਧੁੰਦ ਜਗ ਜਾਣਨ ਗੋਆ ਮਿੱਟੀ ਧੁੰਦ ਜਗ ਜਾਣਨ ਹੋਆ ਮਿੱਟੀ ਧੁੰਦ ਜਗ ਜਾਣਨ ਗੋਆ ਮਿੱਟੀ ਧੁੰਦ ਜਗ ਜਾਣਨ ਹੋਆ ਮਿੱਟੀ ਧੁੰਦ ਜਗ ਜਾਣਨ ਹੋਆ ਮਿੱਟੀ ਧੁੰਦ ਜਗ ਜਾਣਨ ਹੋਆ ਸਤਿਗੁਰ ਨਾਨਕ ਪ੍ਰਗਟਿਆ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਜਾਣਨ ਹੋਆ ਮਿੱਟੀ ਧੁੰਦ ਜਗ ਜਾਣਨ ਗੋਆ ਮਿੱਟੀ ਧੁੰਦ ਜਗ ਜਾਣਨ ਗੋਆ ਅੱਜ ਮਹਾਨ ਰਹਿਬਰ ਦੁਨੀਆਂ ਦੇ ਪਰਉਪਕਾਰੀ ਮਹਾਨ ਦਾਰਸ਼ਨਿਕ ਸਿੱਖਾਂ ਦੇ ਪਹਿਲੇ ਗੁਰੂ ਸਿੱਖਾਂ ਦੇ ਨਹੀਂ ਬਲਕਿ ਕੁੱਲ ਲੋਕਾਈ ਦੇ ਦੁਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਗੁਰਦੁਆਰਾ ਸਿੰਘ ਸਭਾ ਵਿਖੇ ਕਈ ਰੋਜ਼ ਤੋਂ ਪਿੰਡ ਟੱਕਰਵਾਲ ਮੌਜਮ ਬਜ਼ਾਰਾਂ ਦੀਆਂ ਸਮੁੱਚੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਇਲਾਕੇ ਦੀਆਂ ਸੰਗਤਾਂ ਨੇ ਬੜੀ ਹੀ ਸ਼ਰਧਾ ਦੇ ਭਾਵਨਾ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਤਕ ਹੁੰਦਿਆਂ ਮਨਾਇਆ ਗਿਆ। ਕਈ ਰੋਜ਼ ਤੋਂ ਪ੍ਰਭਾਤ ਫੇਰੀਆਂ ਦੀ ਪ੍ਰਾਰੰਭਤਾ ਕੀਤੀ, ਫਿਰ ਸਿੱਖ ਅਖੰਡ ਜਾਪ ਪ੍ਰਾਰੰਭ ਹੋਏ, ਮਹਾਨ ਨਗਰ ਕੀਰਤਨ ਸਜਾਏ ਗਏ, ਅੱਜ ਗੁਰਮਤਿ ਸਮਾਗਮ ਰਚਾਏ ਗਏ ਜਿਸ ਵਿੱਚ ਗੁਰੂ ਘਰ ਦੇ ਵਜ਼ੀਰ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਪਾਰਸ ਉਹਨਾਂ ਦੇ ਢਾਡੀ ਜਥੇ ਨੇ, ਰਾਗੀ ਜਥੇ ਨੇ ਭਾਈ ਸਾਹਿਬ ਭਾਈ ਕਸ਼ਮੀਰ ਸਿੰਘ ਜੀ ਕਾਦਰ ਅਤੇ ਹੋਰ ਸਮੁੱਚੀਆਂ ਸੰਗਤਾਂ ਨੇ ਗੁਰਬਾਣੀ ਕੀਰਤਨ ਦੇ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਤਨ ਮਨ ਅਤੇ ਧਨ ਦੇ ਨਾਲ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸੋ ਸਭ ਸੰਗਤਾਂ ਨੂੰ ਇਸ ਮਹਾਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲਾ ਸਮਾਂ ਸੁਭਾਗਾ ਹੋਵੇ। ਸਭ ਸੰਗਤਾਂ ਇਸੇ ਤਰ੍ਹਾਂ ਵੱਧ ਚੜ੍ਹ ਕੇ ਸਤਿਗੁਰ ਦੇ ਬਖਸ਼ਿਸ਼ ਕੀਤੇ ਹੋਏ ਭੰਡਾਰਿਆਂ ਵਿੱਚੋਂ ਦਾਤਾਂ ਵਿੱਚੋਂ ਗੁਰੂ ਘਰ ਦੇ ਲਈ ਆਪਣੀਆਂ ਸੇਵਾਵਾਂ ਦਿੰਦੇ ਰਹਿਣ ਔਰ
ਗੁਰੂ ਘਰ ਨੂੰ ਚੜ੍ਹਦੀ ਕਲਾ ਵੱਲ ਲਿਜਾਣ ਦੇ ਲਈ, ਗੁਰੂ ਘਰ ਦੇ ਪ੍ਰਬੰਧਾਂ ਨੂੰ ਵਧੀਆ ਚਲਾਉਣ ਦੇ ਲਈ ਸਹਿਯੋਗ ਦਿੰਦੇ ਰਹਿਣ। ਬਹੁਤ ਬਹੁਤ ਸਭ ਦਾ ਧੰਨਵਾਦ। ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਨੇ ਬਲ ਉਦਮ ਬਖਸ਼ਿਸ਼ ਕਰਕੇ ਸਾਰੀਆਂ ਸੇਵਾਵਾਂ ਲਈਆਂ। ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਗੁਰੂ ਘਰ ਦੇ ਨਾਲ ਜੁੜ ਕੇ ਗੁਰੂ ਘਰ ਦੀਆਂ ਸੇਵਾਵਾਂ ਕਰਕੇ ਆਪਣਾ ਜੀਵਨ ਸਫਲਾ ਬਣਾਈਏ। ਗੁਰੂ ਸਾਹਿਬ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।